ਅਸਲਾਮੁਅਲੈਕਮ ਭਾਈ। ਯਾਰ ਐ ਵੇਖੋ, ਰੱਬ ਦਾ ਨਾਮ ਮੰਨੋ, ਅਗਰ ਤੁਸੀਂ ਆਪਣੀਆਂ ਫਸਲਾਂ ਬਚਾਉਣਾ ਚਾਹੁੰਦੇ ਜੇ ਨਾ ਇਸ ਮੁਸੀਬਤ ਤੋਂ, ਇਹ ਵੇਖ ਲਓ, ਠੀਕ ਹੈ ਨਾ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਂ ਇਸ ਵੀਡੀਓ ਨੂੰ ਕਿਸੇ ਤਰੀਕੇ ਵਜ਼ੀਰ ਆਜ਼ਮ ਕੋਲ ਪਹੁੰਚਾ ਦਿਓ, ਤੁਹਾਡੀ ਮਿਹਰਬਾਨੀ ਹੋਵੇਗੀ। ਫਸਲਾਂ ਖਰਾਬ ਹੋ ਗਈਆਂ, ਪੈਲੀਆਂ ਦੀਆਂ ਪੈਲੀਆਂ, ਏਕੜ ਦੇ ਏਕੜ, ਕਿਲੋਮੀਟਰਾਂ ਦੇ ਹਿਸਾਬ ਨਾਲ ਖਰਾਬ ਹੋ ਗਏ, ਖਾ ਗਈਆਂ ਆ ਜਿਹੜੀਆਂ ਆ ਚਿੜੀਆਂ ਜੀਆਂ ਟਿੱਡੀਆਂ ਜੀਆਂ ਖਾ ਗਈਆਂ ਜੇ, ਕੁਛ ਨਹੀਂ ਬਚਿਆ, ਸਾਡਾ ਪਿੰਡ ਵਿਹਲਾ ਹੋ ਗਿਆ, ਸਾਰੇ ਪਿੰਡ ਦੀਆਂ ਫਸਲਾਂ ਜਿਹੜੀਆਂ ਨੇ ਨਾ ਇਹਨਾਂ ਤਬਾਹ ਕਰ ਦਿੱਤੀਆਂ। ਇਹ ਵੇਖੋ, ਇਹ ਵੇਖੋ ਯਾਰ, ਇਹ ਵੇਖੋ, ਕੋਈ ਤਰਸ ਕਰੋ, ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਸਹੀ ਥਾਂ 'ਤੇ ਪਹੁੰਚ ਜਾਵੇ। ਅਤੇ ਯਕੀਨ ਜਾਣੋ, ਮੈਨੂੰ ਪ੍ਰਮੋਸ਼ਨ ਦਾ ਚੱਕਰ ਨਹੀਂ ਹੈਗਾ ਜੇ, ਮੇਰੇ ਕੋਲ ਮੇਰਾ ਐਡੇ ਐਡੇ ਵੱਡੇ ਚੈਨਲ ਹੈ ਜੇ ਨਾ, ਮੈਨੂੰ ਚੰਗੇ ਭਲੇ ਪੈਸੇ ਆਉਂਦੇ, ਕਮਾਈ ਆਉਂਦੀ, ਮੈਂ ਆਪਣੀ ਪ੍ਰਮੋਸ਼ਨ ਵਾਸਤੇ ਨਹੀਂ ਜੇ ਤੁਹਾਡੇ ਥੱਲੇ ਕਰਦਾ, ਮੈਂ ਤੁਹਾਡੇ ਵਾਸਤੇ ਹੀ ਕਰਨ ਡਿਆ। ਜੇ ਇਹ ਸਾਡੇ ਗਰੀਬ ਮਜ਼ਦੂਰ ਕਿਸਾਨ ਜਿਹੜੇ ਨੇ ਇਹ ਨਾ ਕਮਾਉਣਗੇ ਤਾਂ ਤੁਸੀਂ ਕਿੱਥੋਂ ਖਾਓਗੇ, ਹੈਂ? ਅਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਨਾ ਇਹ ਵੀਡੀਓ ਸ਼ੇਅਰ ਕਰ ਦਿਓ। ਹੈਲੋ ਹੈਲੋ ਬਾਈ, ਇਹ ਮੈਂ ਉਡਾ ਰਿਹਾ ਤੁਹਾਨੂੰ ਵਿਖਾ ਵਿਖਾ ਕੇ, ਤੇ ਉੱਡਦੀਆਂ ਕੋਈ ਨਹੀਂ ਜੀ, ਇੱਥੋਂ ਉੱਡ ਕੇ ਨਾਲ ਦੇ ਬੂਟੇ 'ਤੇ ਬਹਿ ਜਾਂਦੀਆਂ ਨੇ, ਵਣ ਵਿਹਲੇ ਹੋ ਗਏ ਨੇ। ਹੈਲੋ, ਮਤਾ ਆਖੋ ਵੀ ਇਹ ਕਿਤੇ ਡਰਾਮੇ ਕਰਦੇ ਪਏ ਨੇ। ਇਹ ਡਰਾਮਾ ਬੰਦਾ ਉਹ ਕਰੇਗਾ ਜਿਹਨੂੰ ਇਹਦੀ ਸਮਝ ਨਹੀਂ ਆ ਰਹੀ, ਜਿਹੜਾ ਕਹਿ ਰਿਹਾ ਨਾ ਹੋ ਇਹ ਤਾਂ ਇੱਦਾਂ ਹੀ ਲੱਗਿਆ, ਉਹ ਬੰਦਾ ਹੀ ਡਰਾਮੇ ਕਰਦਾ ਜੇ ਸਮਝ ਆਈ ਨਾ। ਹੈਲੋ, ਮੈਂ ਥੱਕ ਗਿਆ ਉਡਾ ਉਡਾ ਕੇ। ਹੈਲੋ, ਅਤੇ ਮੈਂ ਇਹੀ ਪੈਗਾਮ ਦੇਣਾ ਸੀ, ਹੁਣ ਮੇਰੀ ਹੋ ਗਈ ਜੇ ਬਸ, ਅਤੇ ਮੈਂ ਕੈਮਰਾ ਬੰਦ ਕਰਨ ਲੱਗਾ ਜੇ, ਦਿਲ ਕਰਦਾ ਤਾਂ ਸ਼ੇਅਰ ਕਰ ਦਿਓ, ਨਹੀਂ ਕਰਦਾ ਤਾਂ ਡਿਲੀਟ ਕਰ ਦਿਓ ਯਾਰ।